ਦੇਸ਼ਾਂ ਅਤੇ ਵਿਦੇਸ਼ਾਂ ਦੇ ਬੱਚੇ ਪੰਜਾਬੀ ਭਰਾਵਾਂ ਨੂੰ ਜੱਗੀ ਜੜੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਜੱਗੀ ਜਣਾ ਆਪਣਾ ਪਟਾਰਾ ਲੈ ਕੇ ਫੇਰ ਆ ਗਿਆ ਅੱਜ। ਉਹ ਲੱਗਦੀ ਲਾਹੌਰ ਦੀਆਂ। ਦੋਸਤੋ, ਇਹ ਗਾਣਾ ਸੀਗਾ ਗੁਰੂ ਰੰਧਾਵਾ ਦਾ, ਹੁਣ ਆ ਰਿਹਾ ਉਹ ਕੁੜੀ ਹੈ ਲਾਹੌਰ ਦੀਆਂ। ਇਹ ਫਨੀ ਵੀਡੀਓ ਆ ਰਿਹਾ ਦੋਸਤੋ, ਇਹਦੇ ਵਿੱਚ ਮੈਨੂੰ ਢਿੱਲਨ ਅਤੇ ਆਪਣਾ ਜਸਵਿੰਦਰ ਬੱਲਾ ਹੈਗੇ ਨੇ, ਔਰ ਇਹ ਫਨੀ ਵੀਡੀਓ ਹੈ ਦੋਸਤੋ। ਦੋਸਤੋ, ਜੱਗੀ ਜਦੋਂ ਪਟਾਰੇ ਦੀ ਅਗਲੀ ਖਬਰ ਹੈਗੀ ਹੈ, ਉਹ ਹੈਗੀ ਹੈ ਐਮੀ ਵਿਰਕ ਦੀ। ਦੋਸਤੋ, ਐਮੀ ਵਿਰਕ ਹੁਣ ਇੱਕ ਕਬੱਡੀ ਪਲੇਅਰ ਦੇ ਨਾਲ ਦੇਖਿਆ ਗਿਆ, ਮੈਨੂੰ ਲੱਗ ਰਿਹਾ ਦੋਸਤੋ ਐਮੀ ਵਿਰਕ ਵੀ ਆਪਣਾ ਅਭਿਸ਼ੇਕ ਬੱਚਨ ਦੀ ਤਰ੍ਹਾਂ ਕੋਈ ਕਬੱਡੀ ਟੀਮ ਹੁਣ ਖਰੀਦਣ ਵਾਲਾ ਹੈ ਅਤੇ ਸਪੋਂਸਰ ਬਣਨ ਵਾਲਾ ਹੈ ਉਹਦਾ। ਦੋਸਤੋ, ਜੱਗੀ ਜਿਹੜੇ ਪਟਾਰੇ ਦੀ ਅਗਲੀ ਖਬਰ ਹੈਗੀ ਹੈ, ਉਹ ਵੀ ਐਮੀ ਵਿਰਕ ਦੀ ਹੈਗੀ। ਦੋਸਤੋ, ਹੁਣ ਐਮੀ ਵਿਰਕ ਜਦੋਂ ਤੁਹਾਨੂੰ ਮੈਂ ਪਹਿਲੇ ਦੱਸਿਆ ਕਬੱਡੀ ਟੀਮ ਖਰੀਦੇ ਨਾ ਖਰੀਦੇ, ਦੋਸਤੋ ਇੱਕ ਕ੍ਰਿਕਟ ਪਲੇਅਰ ਜ਼ਰੂਰ ਬਣਨ ਵਾਲਾ ਹੈ। ਦੋਸਤੋ, ਕ੍ਰਿਕਟ ਪਲੇਅਰ ਨਹੀਂ ਬਣਨ ਵਾਲਾ, ਇਹ ਆਉਣ ਵਾਲੀ ਪਿਕਚਰ ਜਿਹੜੀ ਪਹਿਲੀ ਬਾਲੀਵੁੱਡ ਫਿਲਮ ਬਣ ਰਹੀ ਹੈ, 1983 ਜਿਹੜੇ ਵਰਲਡ ਕੱਪ ਜਿੱਤਿਆ ਸੀ ਇੰਡੀਆ ਨੇ, ਉਹਦੇ 'ਤੇ ਇੱਕ ਫਿਲਮ ਬਣ ਰਹੀ ਹੈ ਅਤੇ ਉਹਦੇ 'ਚ ਇਹ ਆਪਣਾ ਰੋਲ ਕਰ ਰਹੇ ਨੇ, ਉਹ ਵੀ ਰਣਵੀਰ ਸਿੰਘ ਦੇ ਨਾਲ। ਦੋਸਤੋ, ਅਤੇ ਇਹ ਜਿਹੜਾ ਰੋਲ ਕਰ ਰਹੇ ਨੇ ਉਹ ਕਰ ਰਹੇ ਨੇ ਆਪਣਾ ਬਲਵਿੰਦਰ ਸੰਧੂ ਦਾ। ਦੋਸਤੋ, ਜੱਗੀ ਵਾਲੇ ਪਟਾਰੇ ਦੀ ਅਗਲੀ ਖਬਰ ਹੈਗੀ ਹੈ, ਉਹ ਹੈਗੀ ਹੈ ਕਾਕਾ ਜੀ। ਇਹ ਦੋਸਤੋ, ਇਹ ਪਿਕਚਰ ਇਸ ਵਾਰੀ ਫਰਾਈਡੇ 'ਚ ਰਿਲੀਜ਼ ਹੋਈ ਹੈ। ਦੋਸਤੋ, ਇਸ ਪਿਕਚਰ ਮੈਂ ਜਗਜੀਤ ਸੰਧੂ ਔਰ ਅਰੁਸ਼ੀ ਸ਼ਰਮਾ ਹੈ। ਦੋਸਤੋ, ਇਹ ਪਿਕਚਰ ਇੱਕ ਫਿਲਮੀ ਇੰਟਰਟੇਨਮੈਂਟ ਹੈਗੀ ਹੈ ਔਰ ਹਲਕੀ ਫੁਲਕੀ ਕਮੇਡੀ ਵੀ ਹੈ। ਦੋਸਤੋ, ਅਤੇ ਮੇਰੀ ਤਰਫੋਂ ਤੁਹਾਨੂੰ ਦੇਖਣਾ ਚਾਹੀਦਾ, ਔਰ ਅਗਰ ਮੈਂ ਪੁੱਛੋ ਤਾਂ ਮੇਰੀ ਤਰਫੋਂ ਇਸ ਪਿਕਚਰ ਨੂੰ 3 ਸਟਾਰ ਦਿੱਤੇ ਜਾਂਦੇ। ਦੋਸਤੋ, ਦੋਸਤੋ, ਜੱਗੀ ਜਿਹੜੀ ਜਿਹੜੀ ਅਗਲੀ ਖਬਰ ਹੈਗੀ ਹੈ, ਉਹ ਹੈਗੀ ਹੈ ਕਾਕੇ ਦਾ ਵਿਆਹ। ਅਤੇ ਦੋਸਤੋ, ਇਸ ਪਿਕਚਰ ਦਾ ਨਵਾਂ ਗਾਣਾ ਲਾਂਚ ਹੋ ਚੁੱਕਾ ਹੈ ਜਿਹਦਾ ਨਾਂ ਹੈ ਫਿਊਚਰ ਬ੍ਰਾਈਟ, ਔਰ ਇਹ ਆਪਣਾ ਜੋੜਨ ਸੰਧੂ ਨੇ ਗਾਇਆ। ਦੋਸਤੋ, ਤੁਸੀਂ ਇਹ ਗਾਣਾ ਨਹੀਂ ਸੁਣਿਆ ਤਾਂ ਪਲੀਜ਼ ਦੇਖੋ ਯੂਟਿਊਬ 'ਤੇ ਜਾ ਕੇ, ਇਹ ਤਾਂ ਲੋਕ ਬਹੁਤ ਅੱਛੇ ਲਾਈਕਸ ਆ ਰਹੇ ਨੇ। ਦੋਸਤੋ, ਓਕੇ, ਦੋਸਤੋ, ਜੱਗੀ ਜੱਟ ਆਪਣਾ ਪਟਾਰਾ ਇੱਥੇ ਬੰਦ ਕਰਦਾ ਹੈ। ਮੇਰੀ ਤਰਫੋਂ ਸਾਰੇ ਦੇਸ਼ ਵਾਸੀਆਂ ਨੂੰ ਰਿਪਬਲਿਕ ਡੇ ਦੀ ਬਹੁਤ ਬਹੁਤ ਸ਼ੁਭਕਾਮਨਾ ਹੈ। ਦੋਸਤੋ, ਜੈ ਹਿੰਦ। बॉलीवुड के अपडेट्स और गॉसिप न्यूज के लिए मायापुरी कट सब्सक्राइब करना ना भूलें, और हमारे अपडेट्स जानने के लिए बेल आइकन जरूर प्रेस करें।